ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਚੋਣਾਂ ਦੇ ਐਲਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਵੀ ਚਰਚਾਵਾਂ ਨੇ ਉਹ ਕਿ ਪੰਜਾਬ ਨੂੰ ਅੰਤਿਮ ਗੇੜ ਦੇ ਵਿੱਚ ਹੀ ਕਿਉਂ ਰੱਖਿਆ ਗਿਆ ਪਹਿਲੇ ਜਿਹੜੇ ਸੂਬੇ ਨੇ ਉਹਨਾਂ ਦੀਆਂ ਪਹਿਲਾਂ ਹੋ ਜਾਣਗੀਆਂ ਚੋਣਾਂ ਤੇ ਪੰਜਾਬ ਹੀ ਕਿਉਂ ਅੰਤ ਦੇ ਵਿੱਚ ਆ ਗਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਾਫੀ ਸਵਾਲ ਖੜੇ ਕਰ ਦਿੱਤੇ ਨੇ ਕਹਿੰਦੇ ਕਿ ਇੰਨਾ ਲੰਮਾ ਸਮਾਂ ਜਿਹੜਾ ਪਾਇਆ ਜਾ ਰਿਹਾ ਉਹਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਪੈਸਾ ਵੀ ਖਰਚਾ ਜਾ ਸਕਦਾ ਹੈ ਕਿਉਂਕਿ ਦੂਜੇ ਜਿਹੜੇ ਨੇ ਉਹ ਪਹਿਲਾਂ ਰਾਜਵਿਲੇ ਹੋ ਜਾਣਗੇ ਮੇਰ ਵਾਲੀ ਚੋਣ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲੰਮਾ ਸਮਾਂ ਪਾ ਕੇ ਟਿਕੜਬਾਜ਼ੀ ਕੀਤੀ ਗਈ ਤਾਂ ਉਹਦਾ ਹੁਣ ਜਿਹੜਾ ਡਰ ਆ ਉਹ ਵਿਰੋਧੀਆਂ ਨੂੰ ਆ ਕਿ ਭਾਜਪਾ ਕਿਤੇ ਇਹੋ ਜਿਹਾ ਕੋਈ ਕਦਮ ਨਾ ਚੁੱਕ ਦੇਵੇ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਚੋਣਾਂ ਦੇ ਐਲਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਵੀ ਚਰਚਾਵਾਂ ਨੇ ਉਹ ਕਿ ਪੰਜਾਬ ਨੂੰ ਅੰਤਿਮ ਗੇੜ ਦੇ ਵਿੱਚ ਹੀ ਕਿਉਂ ਰੱਖਿਆ ਗਿਆ ਹੈ ਪਹਿਲੇ ਜਿਹੜੇ ਸੂਬੇ ਨੇ ਉਹਨਾਂ ਦੀਆਂ ਪਹਿਲਾਂ ਹੋ ਜਾਣਗੀਆਂ ਚੋਣਾਂ ਤੇ ਪੰਜਾਬ ਹੀ ਕਿਉਂ ਅੰਤ ਦੇ ਵਿੱਚ ਆ ਗਿਆ ਜਾਂ ਤਾਂ ਇਹ ਕਿਐਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸਾਰੇ ਲੀਡਰ ਆਪਣੇ ਵੋਟਾਂ ਵਾਲੇ ਕੰਮ ਤੋਂ ਵਿਹਲੇ ਹੋ ਕੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ 'ਚ ਜੁੜ ਜਾਣਗੇ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਾਫੀ ਸਵਾਲ ਖੜੇ ਕਰ ਦਿੱਤੇ ਨੇ ਕਹਿੰਦੇ ਕਿ ਇੰਨਾ ਲੰਮਾ ਸਮਾਂ ਜਿਹੜਾ ਪਾਇਆ ਜਾ ਰਿਹਾ ਉਹਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਪੈਸਾ ਵੀ ਖਰਚਾ ਜਾ ਸਕਦਾ ਹੈ ਕਿਉਂਕਿ ਦੂਜੇ ਜਿਹੜੇ ਨੇ ਉਹ ਪਹਿਲਾਂ ਰਾਜਵਿਲੇ ਹੋ ਜਾਣਗੇ ਤੇ ਇੱਕ ਇਹ ਵੀ ਇਹਦੇ ਨਾਲ ਵੈਸੇ ਢਿੱਲੋ ਸਭ ਹੋ ਜਾਂਦਾ ਹੈ ਕਿ ਜਿਵੇਂ ਮੇਹਰ ਵਾਲੀ ਚੋਣ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲੰਮਾ ਸਮਾਂ ਪਾ ਕੇ ਟਿਕੜਬਾਜੀ ਕੀਤੀ ਗਈ ਤਾਂ ਉਹਦਾ ਹੁਣ ਜਿਹੜਾ ਡਰਾ ਉਹ ਵਿਰੋਧੀਆਂ ਨੂੰ ਆ ਕਿ ਭਾਜਪਾ ਕਿਤੇ ਇਹੋ ਜਿਹਾ ਕੋਈ ਕਦਮ ਨਾ ਚੁੱਕ ਦੇਵੇ ਤੇ ਵੈਸੇ ਵੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਾਂ ਕਾਫੀ ਕੁਝ ਚੱਲ ਰਿਹਾ ਇੱਕ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਤਾਂ ਭਾਜਪਾ ਲਈ ਪੈਰ ਲਾਉਣੇ ਸੌਖੇ ਨਹੀਂ ਤੇ ਅਕਾਲੀ ਦਲ ਤੇੜਾ ਭਾਜਪਾ ਦਾ ਗੱਠ ਜੋੜਾ ਉਹ ਵੀ ਇਸੇ ਕਰਕੇ ਰੁਕਿਆ ਹੋਇਆ ਹੈ ਕਿਸਾਨ ਵਿੱਚ ਮੁੱਖ ਮੁੱਦਾ ਬਣੇ ਹੋਏ ਨੇ ਤੇ ਵੈਸੇ ਵੀ ਪੰਜਾਬ ਦੇ ਵਿੱਚ ਜਿਹੜਾ ਕਣਕ ਦਾ ਸੀਜ਼ਨ ਆ ਉਹ ਕਣਕ ਦੀ ਕਟਾਈ ਤੋਂ ਬਾਅਦ ਸਾਰਾ ਵਿਹਲਾ ਹੋਣ ਵਾਲਾ ਕੰਮ ਆ ਉਹ ਕਿਸਾਨ ਉਦੋਂ ਵਿਹਲੇ ਹੋਣਗੇ ਝੋਨੇ ਦੀ ਲਵਾਈ ਵੀ 10 ਜੂਨ ਤੋਂ ਬਾਅਦ ਹੀ ਹੁੰਦੀ ਹੈ ਅੱਜਕੱਲ ਤਾਂ ਜਿਹੜਾ ਉਹ ਸਮਾਂ 1 ਤੋਂ ਲੈ ਕੇ 10 ਜੂਨ ਦਾ ਉਹ ਕਾਫੀ ਵਿਹਲਾ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਕਈ ਚੀਜ਼ਾਂ ਨੇ ਦੇਖੋ 1 ਤੋਂ 10 ਤੱਕ ਤਾਂ ਉਹ ਜ਼ਰੂਰਤ ਹੀ ਨਹੀਂ ਕਿਉਂਕਿ 1 ਜੂਨ ਨੂੰ ਐ 31 ਮਈ 30 ਮਈ ਨੂੰ ਇੱਥੇ ਚੋਣ ਜਾਬਤਾ ਖਤਮ ਹੋ ਜਾਣਾ ਹੈ ਆਪਣਾ ਚੋਣ ਪ੍ਰਚਾਰ ਖਤਮ ਹੋ ਜਾਣਾ ਉਸ ਤੋਂ ਬਾਅਦ ਤਾਂ ਜਿਹੜਾ 1 ਦਿਨ ਹੋਏਗਾ 31 ਮਈ ਵਾਲਾ ਉਹ ਤਾਂ ਤੁਸੀਂ ਘਰ ਘਰ ਜਾ ਸਕਦੇ ਹੋ ਜਾਂ ਚੋਣ ਸਮੱਗਰੀ ਵੋਟ ਕੇਂਦਰਾ ਤੱਕ ਜਿਹੜਾ ਚੋਣ ਅਫਸਰ ਨੇ ਪਹੁੰਚਾਉਣੀ ਹੁੰਦੀ ਹੈ ਉਸ ਤਰ੍ਹਾਂ ਦਾ ਹੁੰਦਾ ਹੈ ਅਪ੍ਰੈਲ ਦੇ ਵਿੱਚ ਸਾਡੇ ਇੱਥੇ ਪਹਿਲਾਂ ਤਾਂ ਹੁੰਦਾ ਸੀ ਨਾ ਵੀ ਵਿਸਾਖੀ ਦੇਖ ਕੇ ਬਾਡੀ ਸ਼ੁਰੂ ਹੁੰਦੀ ਸੀ ਉਹ ਕਨਸੈਪਟ ਪੁਰਾਣਾ ਰਹਿ ਗਿਆ ਅੱਜ ਕੱਲ ਬੜੀਆਂ ਨਵੀਆਂ ਆਧਰਕ ਕਿਸਮ ਦੀਆਂ ਕਰਕਾਂ ਦੀਆਂ ਫਸਲਾਂ ਨੇ ਜਿਹੜੀਆਂ ਪੱਕਣ ਦੇ ਵਿੱਚ ਵੀ ਛੇਤੀ ਪੱਕ ਜਾਂਦੀਆਂ ਨੇ ਲekin ਕੁਝ ਕਿਸਾਨ ਸਿੱਧੀ ਬਿਜਾਈ ਕਰਦੇ ਆ ਝੋਨੇ ਦੀ ਹੂੰ ਉਹ ਆਮ ਤੌਰ ਤੇ 20 ਮਈ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਹੂੰ ਤੇ ਦੂਜੀ ਤਾਂ ਹੁੰਦੀ ਉਹ 10 ਜੂਨ ਤੋਂ ਬਾਅਦ ਹੈ ਹੂੰ ਇੱਕ ਤੋਂ ਲੈ ਕੇ 10 ਤੱਕ ਤਾਂ ਵੈਸੀ ਵੇਲੇ ਨੇ ਜੀ 4 ਜੂਨ ਨੂੰ ਤਾਂ ਭਗੜੇ ਵੀ ਪੈ ਜਾਂਦੇ ਆ ਜਿਹੜਿਆਂ ਨੇ ਜਿੱਤਣਾ ਹੂੰ ਤੇ ਇਸ ਕਰਕੇ ਦੂਜਾ ਚੀਜ਼ ਜਿਹੜੀ ਕਾਟਰ ਬੈਲਟ ਹੈ ਸਾਡੀ ਹੂੰ ਆ ਸੁਨਾਮ ਤੋਂ ਲੈ ਕੇ ਪਰੇ-ਪਰੇ ਨੂੰ ਬਠਿੰਡਾ ਬਕਸਰ ਵੱਲ ਨੂੰ ਸਾਰੀ ਜਿਹੜੀ ਹੈ ਇਹ ਆਮ ਤੌਰ ਤੇ 25 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ ਹੂੰ ਤੇ ਤਕਰੀਬਨ ਮਈ ਦੇ ਪਹਿਲੇ ਹਫਤੇ ਤੱਕ ਇਹ ਮੁਕੰਮਲ ਹੋ ਜਾਂਦੀ ਹੈ ਜੀ ਸੋ ਕੁੱਲ ਵਲਾ ਕੇ ਜਿਵੀਦਾਰ ਤਿਆਰੀ ਕਰ ਰਿਹਾ ਹੋਏਗਾ ਅਗਲੇ ਝੋਨੇ ਦੇ ਪਰ ਇੱਕ ਤਰੀਕ ਤੱਕ ਵਿਲੇ ਹੂੰ ਤੇ ਦੂਜੇ ਰਾਜ ਕਿਉਂਕਿ 25 ਦਿੱਲੀ ਤੇ ਤੇ ਹੋਰਾਂ ਥਾਵਾਂ ਤੋਂ ਜਿੱਥੋਂ ਜਿੱਥੋਂ ਸਰਗਈ ਪਾਰਟੀਆਂ ਦੇ ਆਗੂ ਆਉਣੇ ਆਉਣੇ ਇਹ ਗੁਰੂਕੇ ਤੇ ਜਾ ਨਹੀਂ ਸਕਦੇ ਕਟਿਆ ਪ੍ਰਗਟਾਇਆ ਪ੍ਰਤਾਪ ਸੋਭਾਜਬਾਨੀ ਵਿਰੋਧੀ ਧਿਰ ਦੇ ਆਗੂ ਨੇ ਉਹ ਕਹਿੰਦੇ ਧਰ ਦੀ ਵਾਰ ਤੋਂ ਇੱਥੇ ਬਾਅਦ ਦੇ ਵਿੱਚ ਆ ਕੇ ਹੋ ਸਕਦੀ ਹੈ ਵੀ ਜਿਹੜਾ ਉੱਥੇ ਬਚਿਆ ਧਾਣਾ ਇੱਥੇ ਲੈ ਆਉਣਗੇ ਜੀ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਦੋਏ ਹਾਕਮ ਪਾਰਟੀਆਂ ਨੇ ਇੱਕ ਸੂਬੇ ਦੀ ਤੇ ਇੱਕ ਕੇਂਦਰ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੈ ਉਹ ਧਰ ਦੀ ਵਾਰ ਤੋਂ ਕਰ ਸਕਦੀਆਂ ਨੇ ਵੋਟਰਾਂ ਨੂੰ ਪ੍ਰਭਾਵਨ ਲਈ ਇਹਦੇ ਬਾਰੇ ਤਾਂ ਕੱਲ ਚੋਣ ਕਮਿਸ਼ਨ ਨੇ ਬੜਾ ਸਖਤ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਾਡੇ ਮੌਜੂਦਾ ਚੋਲ ਕਮਿਸ਼ਨ ਰਾਜੀਵ ਕੁਮਾਰ ਦੀ ਟੀਮ TN ਸੇਸ਼ਨ ਬਾਂਗ ਪਰਫਾਰਮ ਕਰ ਸਕੇਗੀ ਹਮ ਅਸੀਂ ਕਿਸੇ ਤੇ ਸ਼ੱਕ ਨਹੀਂ ਕਰਦੇ ਜਿਹੜੇ ਸੁਖਵੀਰ ਸਿੰਘ ਸੰਧੂ ਲਾਏ ਨੇ ਉਹਨਾਂ ਬਾਰੇ ਤਾਂ ਇਹ ਪਤਾ ਹੈ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਐਜੇ ਮੁੱਖ ਸਕੱਤਰ ਆ ਨੈਸ਼ਨਲ ਹਾਈਵੇ ਥੌਰਟੀ ਪਟਿਆ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਡੈਪੂਟੇਸ਼ਨ ਦੇ ਉੱਤੇ ਰੱਖਿਆ ਗਿਆ ਆਪਣੇ ਆਪ ਦੇ ਵਿੱਚ ਐਵੇਂ ਨੇ ਅੰਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਸੋ ਇੱਕ ਪਾਰਟੀ ਵੱਲੋਂ ਸੰਧੂ ਭਾਈਚਾਰੇ ਨੂੰ ਅੰਮਰਸਰ ਤੋਂ ਟਿਕਟ ਦੇਣ ਦੀ ਗੱਲ ਵੀ ਚੱਲਦੀ ਹੈ ਹੂੰ ਜਿਹੜੇ ਕਿ ਤੇਜਾ ਸਿੰਘ ਸਮੁੰਦਰੀ ਦੇ ਪੁੱਤਰੇ ਨੇ ਮੇਰੀ ਬਰਾਦ ਤਰਨਜੀਤ ਸਿੰਘ ਸੰਧੂ ਸਾਹਿਬ ਤੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ 40 ਦੇ ਕਰੀਬ ਦਰਖਾਸਤਾਂ ਆਈਆਂ ਵੀਆਂ ਨੇ ਚੋਣਾਂ ਵਾਸਤੇ ਤੁਸੀਂ ਆਪ ਕਹ ਕੇ ਇਹਨਾਂ ਦਾ ਅਕਾਲੀ ਦਲ ਨਾਲ ਸਮਝੌਤਾ ਹੋ ਸਕਦਾ ਹੈ ਮੇਰਾ ਖਿਆਲ 23 ਮਾਰਚ ਸਭ ਤੋਂ ਅਹਿਮ ਦਿਨ ਹੈ ਹੂੰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਮੌਕੇ ਭਾਰਤੀ ਮਤਲਬ ਭਾਰਤੀ ਕਿਸਾਨ ਜੁਨੀਅਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਇਹ 14 ਮਾਰਚ ਨੂੰ ਸੱਦਾ ਦਿੱਤਾ ਹੈ ਐਲਾਨ ਕੀਤਾ ਹੈ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਨੇ ਭਾਰਤ ਦੇ ਕਿਸਾਨ ਨੂੰ ਠੱਗਿਆ ਹੈ ਭਾਰਤ ਦੇ ਕਿਸਾਨ ਨੂੰ ਲੁੱਟਿਆ ਹੈ ਇਹ ਸਾਰਾ ਉਹਨਾਂ ਨੇ ਪ੍ਰਚਾਰ ਕਰਨਾ ਹੈ ਕਈ ਲੋਕੇ ਵੀ ਸਵਾਲ ਕਰ ਦਿੰਦੇ ਆ ਕਿ ਜਦੋਂ ਮੋਰਚਾ ਜਿੱਤ ਕੇ ਆਏ ਖੁਦ ਖੜੇ ਸੀ ਉਦੋਂ ਇਹਨਾਂ ਨੂੰ ਕਿੰਨਿਆਂ ਘਮੋਟਾ ਪਈਆਂ ਸੀ ਉਸ ਵੇਲੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹ ਅੱਡ-ਅੱਡ ਸੀ। ਅੱਦੇ ਚੋਣ ਲੜਨਾ ਚਾਹੁੰਦੇ ਸੀ ਅਤੇ ਨਹੀਂ ਲੜਨਾ ਚਾਹੁੰਦੇ ਸੀ। ਸੋ ਇਸ ਵੇਲੇ ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ। ਆ ਉਹਨਾਂ ਤਿੰਨ-ਚਾਰ ਜਥੇਬੰਦੀਆਂ ਨੂੰ ਛੱਡ ਕੇ ਜਿਹੜਾ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਹਿੰਦਾ। ਬਾਕੀ ਸਾਰੇ ਸਾਰੇ ਇੱਕ ਮੰਚ ਤੇ ਇਕੱਠੇ ਨੇ। ਇਹਨਾਂ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਇੱਕ ਤਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਹੋਗੇ ਹੂੰ ਦੂਜੇ ਸਰਬੰਸ ਸਿੰਘ ਪੰਦੇਰ ਹੋਗੇ ਬਲਦੇਵ ਸਿੰਘ ਸਰਸਾ ਹੋਗੇ ਸਰਜੀਤ ਫੂਲ ਹੋਗੇ ਕੁਝ ਹੋਰ ਪਰ ਭਾਰਤ ਦੇ ਵਿੱਚ ਜਿਆ ਸੰਯੁਕਤ ਕਿਸਾਨ ਮੋਰਚਾ ਹੈ ਹੂੰ ਉਹਦੇ 40 ਮੈਂਬਰ ਨੇ ਤੇ ਬਹੁ ਗਿਣਤੀ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਹੈ ਇਸੇ ਕਰਕੇ ਉਹਨਾਂ ਨੇ 14 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਵੀ ਦਿਖਾਤਾ ਸੋ ਅਕਾਲੀ ਦਲਾ ਖੇਤਰੀ ਪਾਰਟੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਪਾਉਂਦਾ ਹੈ ਜਾਂ ਨਹੀਂ ਪਾਉਂਦਾ ਹੈ ਇਹਨਾਂ ਦੇ ਆਗੂਆਂ ਨੇ ਦੇਖਣਾ ਹੈ ਪਰ ਇਸ ਵੇਲੇ ਉਹ ਦੁਬਧਾ ਚ ਨੇ ਵੀ ਸਮਝੌਤਾ ਕਰੀਏ ਜਾਂ ਨਾ ਕਰੀਏ ਕਿਤੇ ਕਿਸਾਨ ਉਸੇ ਤਰ੍ਹਾਂ ਨਾਲ ਚੱਲ ਪੈਣ ਜਿਵੇਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਪਿੱਛੇ ਚੱਲਦੇ ਸੀ ਇਸੇ ਅਕਾਲੀ ਦਲ ਨੂੰ ਤੋੜ ਵੀ ਛੋੜਾ ਕਰਨਾ ਪਿਆ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਉਂਕਿ ਵਿਰੋਧ ਬਹੁਤ ਜ਼ਿਆਦਾ ਹੋ ਗਿਆ ਸੀ ਹੁਣ ਦਿਖਰਾ ਹੋਵੇਗਾ ਕਿ ਸਮਝੌਤਾ ਹੁੰਦਾ ਜੇ ਹੁੰਦਾ ਤਾਂ ਅਕਾਲੀ ਵੋਟ ਕਿੰਨੀ ਕੁ ਪ੍ਰਭਾਵਿਤ ਹੁੰਦੀ ਹੈ ਇਹ ਸਾਰੇ ਜੋੜ ਘਟਾਓ ਅਕਾਲੀ ਦਲ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਦੇਖਣੇ ਨੇ ਹੂੰ ਸੋ ਅਗਲੇ ਸਭਾ ਵਿੱਚ ਪਤਾ ਲੱਗੇਗਾ ਕਿ ਇਹ ਗੱਠਜੋੜ ਹੁੰਦਾ ਜੇ ਗੱਠਜੋੜ ਹੁੰਦਾ ਫਿਰ ਸਭੀ ਕਾਰਨ ਕਹੇ ਜਬੰਦੇ ਨੇ ਹੂੰ ਇਹ ਸਾਰਾ ਅਜੇ ਵਿਚਾਰ ਪਟਾਦਰਾ ਅਧੀਨ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ بولਾਂਗੇ اندرونی راض بناں گے بلند آواز کھیت ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਸਾਂਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ